वो चारा विचों शहीद भगत सिंह दे चार जफी ने ओ या हरियाणे वाला ओ छिल्लू ने लाता जफा दूसरे पासे ओ छेड़ लिया फिर ओ छिल्लू ते काला काला ते छिल्लू 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 रिंकू ते नौजवान कहते बाहू अकबरपुरिया छिल्लू ते रिंकू मुकाबला सख्त लग्या पे जोर दोनों कबड्डी खिलाड़ियों का बाहू अकबरपुरिया एंड मुकाबला होंदे दे कोल पॉइंट गबरुआ आडी चोटी का ला जोर एक पासे वेखदा भी मां ए काला नौजवान और दूसरे पासे छिल्लू 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 वाह ਕਿੰਨੀਆਂ ਵੱਜੀਆਂ ਨੇ ਕਿੰਨੀਆਂ ਵੱਜੀਆਂ ਨੇ ਵਾਹਵਾ ਹੀ ਵੱਜੀਆਂ ਨੇ ਵੱਡੀ ਗਿਣਤੀ ਚ ਵੱਜੀਆਂ ਨੇ ਕਿਉਂਕਿ ਕਿਉਂਕਿ ਆ ਵੇਖੋ ਸਾਹਮਣੇ ਵਾਹਵਾ ਖੜੀਆਂ ਦਾਦੀਆਂ ਨੇ ਭਗੜ ਕਹਿੰਦਾ ਉਹ ਕਹਿੰਦਾ ਆਈ ਲਵ ਯੂ ਹਾਵਰ ਹੋਮ ਐਂਡ ਨੈਟਿਵ ਲੈਂਡ ਨਹੀਂ ਰੀਸਾ ਫਿਰ ਤੇ ਕੀ ਕਹਿਣਾ ਮੁੰਡੇ ਬਾਰੇ ਸੀਲੂ ਸੀ ਗੱਲ ਸੀਲੂ ਮੇਰਾ ਖਿਆਲ ਆ ਵੀ ਪੰਜ ਜੱਫੇ ਜਿਹੜੇ ਜੇ ਨਾ ਗਲਤ ਹੋਈਏ ਸੀਲੂ ਦੇ ਹੋ ਗਿਆ ਬਾਕੀ ਹੁਣ ਮੈਦਾਨ ਚ ਮੇਜਰ ਬਰਾਰ ਹੋਣੀ ਸੁਖਪੰਦੇਰ ਜੀ ਕੀ ਬਾਤ ਹੈ ਸ਼ਾਨ ਕਬੱਡੀ ਦੀ ਪਹਿਚਾਨ ਓ ਵੇਖੋ ਸਾਹਮਣੇ ਪਿਰਤਿਆ ਬਰਨਾਲਾ ਆ ਗਿਆ ਤਪਾ ਮੰਡੀ ਰਹਿ ਗਈ ਪਾਸੇ ਬਠਿੰਡਾ ਦੀ ਦਾ ਸਾਹਮਣੇ ਐਂਡ ਕਹਿੰਦੇ ਤਿਆਰ ਵਰ ਤਿਆਰ ਬਾਹੂ ਅਕਬਰਪੁਰੀਆ ਬਾਹੂ ਅਕਬਰਪੁਰੀਆ ਬਾਹੂ ਅਕਬਰਪੁਰੀਆ ਸੀਲੂ ਸੀਲੂ ਸਰੀ ਦੇ ਵਿੱਚ ਕਰਵਾ ਕੇ ਜਾਊ ਅੱਜ ਬਾਹੂ ਅਕਬਰਪੁਰੀਆ ਤੇ ਕ੍ਰੇਟੀ ਦੇ ਦਰਮਿਆਨ ਟੱਕਰ ਆਉਂਦਾ ਤੇ ਮੁੰਡੇ ਨੇ ਮੂਹਰੇ ਹੋ ਕੇ ਚੱਕਰ ਸੀਲੂ 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 ਇੱਕ ਇੱਕ ਜੱਫੇ ਦਾ ਮੇਜਰ ਸਿਆ ਉਹ ਮੇਜਰ ਸਿਆ ਭਲੂਰ ਵਾਲਿਆ ਦੇਸ਼ਵਾਸੀ ਜਾਫੀਆਂ ਨੂੰ ਆਹ ਪੈਂਦੇ ਭੰਗੜੇ ਵੇਖਦਾ ਬਣੇ ਇਹ ਹੈ ਮੇਜਰ 750 ਬਹੁਤ ਜ਼ਰੂਰੀ ਆ ਸੋ ਗੁਰਪ੍ਰੀਤ ਬਰਜਹਰੀ ਸਿੰਘ ਵਾਲਾ ਜਾਫੀ ਕੌਣ 750 ਤੇ ਇੱਕ ਮੈਚ ਆਹ ਵੇਖੋ ਸਾਹਮਣੇ ਬਈ ਸਿਰੇ ਦੀ ਗੱਲ ਹੈ ਲਾਲੀ ਢੇਸੀ ਨੇੜਿਓ ਬਾਸੀ ਸਾਹਿਬ ਕਰਦੇ ਹੋਏ ਇਸ਼ਾਰਾ ਪੁਆਇੰਟ ਜਾਫੀ ਦਾ